अटारी हलके तो अकाली दल के उम्मीदवार गुलजार सिंह रणिके ने कहा कि सिद्धू गलत सिद्धांतों वल जा रहे हैं। उन्होंने कहा कि सिद्धू के कांग्रेस में शामिल होने के नाल अकाली भाजपा को कोई भी फर्क नहीं पैंदा है। हुण अपनी जित का दावा एक बार फिर तो ठोकिया। तुहानू यह पता होना चाहिए साढ़े पंजाब नूं पंजाबियों नूं नजर लगियां पंजाबियों नूं तो वेंदे दिल्ली वाले सेंटर वाले जिहड़े कांग्रेस वाले बड़े इन्ना माड़ा वेंदे पता नहीं इन्हां की गिरां कीता सी। सब तो वध कुर्बानियां दित्तियां सी पंजाबियों ने पर ਜਿਹੜੀ ਵੀ ਕਿਤੇ ਕੋਈ ਚੀਜ਼ ਉੱਥੋਂ ਲੈਣੀ ਪਈ ਹੈ ਉਹਨਾਂ ਤੋਂ ਉਹ ਸਾਨੂੰ ਘਰ ਨਾਲ ਘੜ ਕੇ ਲੈਣੀ ਪਈ। ਉਹ ਸਰਕਾਰ ਤਾਂ 2.5 ਸਾਲ ਨਹੀਂ ਚੱਲਣ ਦਿੰਦੇ ਤੋੜ ਦਿੰਦੇ ਸੀ ਭੰਨਾ ਲਾ ਕੇ ਕਦੀ ਸਾਲ ਚੱਲ ਗਈ ਕਦੀ 2 ਸਾਲ ਚੱਲ ਗਈ ਕਦੀ ਹੁਣ ਲਗਾਤਾਰ 10ਵੀਂ ਵਾਰੀ ਆਹ 10 ਸਾਲ ਹੋ ਗਏ ਮਤਲਬ ਸਰਕਾਰ ਲਗਾਤਾਰ ਹੁਣ ਪਤਾ ਲੱਗਾ ਕਿ ਵਿਕਾਸ ਹੁੰਦਾ ਕੀ ਇਹ ਖੇਡਾਂ ਖੇਡਦੇ ਰਹੇ ਦੇਸ਼ ਦੇ ਨਾਲ ਕੋਈ ਸਕੀਮ ਨਹੀਂ ਬਣਾ ਸਕੇ। ਅੱਜ ਤੁਸੀਂ ਦੇਖੋ 8-7 ਸਾਲਾਂ 'ਚ ਮੈਂ 10ਾਂ ਦੀ ਗੱਲ ਕਰ ਲਈਏ ਜੇ 80% 10 ਸਾਲਾਂ 'ਚ ਵਿਕਾਸ ਖਤਮ ਹੋ ਸਕਦਾ ਇਹਦਾ ਮਤਲਬ 50 ਸਾਲ ਕਾਂਗਰਸ ਨੇ ਸਿੱਧੇ ਰਾਜ ਸਾਡੇ ਪੰਜਾਬ 'ਤੇ ਕੀਤਾ 55 ਦੇ ਲਗਭਗ 60 ਦੇ ਉੱਥੇ ਸੈਂਟਰ 'ਚ ਵੀ ਕਰਦੇ ਰਹੇ ਅਤੇ ਅੱਜ ਹਾਲਤ ਕੀ ਅੱਜ ਜੇ 80% ਕੰਮ ਮੁੱਕ ਜਾਂਦਾ ਅਸੀਂ ਅਗਲੇ 5 ਵੀ ਲਾ ਲਈਏ 100% ਕੰਮ ਖਤਮ ਹੋ ਜਾਂਦਾ 15 ਸਾਲਾਂ 'ਚ ਕੰਮ ਖਤਮ ਹੋਣਾ ਚਾਹੀਦਾ ਦੇਸ਼ ਦਾ ਅਤੇ ਸਟੇਟ ਦਾ ਜਿਹੜਾ ਇਹ ਨਹੀਂ ਕਰ ਸਕੇ ਉਹ ਹੁਣ ਆਣ ਕੇ ਹੋਇਆ 4 ਲਾਈਨ ਜਿੰਨੀਆਂ ਨੇ 6 ਲਾਈਨ ਜਿੰਨੀਆਂ ਸਾਰੇ ਜ਼ਿਲ੍ਹਿਆਂ ਨੂੰ ਸਾਰੇ ਮਤਲਬ ਡਿਸਟ੍ਰਿਕਟ ਨੂੰ ਸਾਰੀਆਂ ਹੁਣ ਜੁੜ ਰਹੀਆਂ ਨੇ।